ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਮਤਲਬ ਮੁਖੀ ਜਿਹੜੇ ਹੈਗੇ ਆ ਐਂਟੋਨੀਓ ਗੁਟਰੇਸ ਅੱਜ ਪਾਕਿਸਤਾਨ ਪਹੁੰਚ ਰਹੇ ਹੈਗੇ ਆ ਜਿੱਥੇ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕੁਛ ਦੁਵਲੇ ਇੰਟਰਨੈਸ਼ਨਲ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਹਦੇ ਨਾਲ ਨਾਲ ਇਹ ਵੀ ਪਤਾ ਲੱਗਾ ਹੈਗਾ ਉਹ ਮੰਗਲਵਾਰ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਰਹੇ ਹੈਗੇ। ਉਹਨਾਂ ਦੀ ਜਿਹੜੀ ਐਡਵਾਂਸ ਪਾਰਟੀ ਹੈਗੀ ਆ ਯੂ ਐਨ ਸੈਕਟਰੀਏਟ ਦੀ ਜਿਹੜੀ ਐਡਵਾਂਸ ਪਾਰਟੀ ਆ ਸਿਕਿਉਰਿਟੀ ਨੇ ਉਹ ਆਲਰੇਡੀ ਉਹਨਾਂ ਦਾ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਉਹਦਾ ਉਹਨਾਂ ਨੇ ਸਿਕਿਉਰਿਟੀ ਐਂਗਲ ਤੋਂ ਮੁਆਇਨਾ ਵੀ ਕੀਤਾ ਹੈਗਾ। ਕੱਲ੍ਹ ਉੱਥੇ ਪਹੁੰਚੀ ਹੈਗੀ ਆ। ਜਦੋਂ ਇਹ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਦੁਆਰੇ ਅਜੇ ਖੁੱਲ੍ਹਣਾ ਸੀ ਉਦੋਂ ਹੀ ਉਹਨਾਂ ਨੇ ਯੂ ਐਨ ਸੈਕਟਰੀ ਜਨਰਲ ਨੇ ਆਪਣੇ ਵੱਲੋਂ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਨਾਲ ਕਿਹਾ ਸੀ ਵੀ ਇਹ ਜਿਹੜਾ ਕੋਰੀਡੋਰ ਆ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਦਭਾਵਨਾ ਅਤੇ ਪੀਸ ਦਾ ਜਿਹੜਾ ਹੈਗਾ ਕੋਰੀਡੋਰ ਇਹਦੀ ਬਣਨ ਦੀ ਸੰਭਾਵਨਾ ਹੈਗੀ ਹੈ, ਜਿਹੜੀ ਕਿ ਕਾਫੀ ਹੱਦ ਤੱਕ ਉਹਨਾਂ ਦੀ ਓਬਜ਼ਰਵੇਸ਼ਨ ਸਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਇਹ ਖਬਰ ਹੈਗੀ ਸੰਯੁਕਤ ਰਾਸ਼ਟਰ ਮੁਖੀ ਅੱਜ ਤੋਂ ਪਾਕਿਸਤਾਨ ਦੌਰੇ 'ਤੇ, ਮੰਗਲਵਾਰ ਨੂੰ ਜਾਣਗੇ ਕਰਤਾਰਪੁਰ ਸਾਹਿਬ। ਇਹਦੇ ਨਾਲ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋਣ ਆ ਰਹੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ, ਸੁਰੱਖਿਆ ਟੀਮ ਅਤੇ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ। ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਕੱਲ੍ਹ ਦੀ ਹੈਗੀ ਆ, ਜਿੱਥੇ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧ ਅਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਟੀਮ ਐਡਵਾਂਸ ਪਾਰਟੀ ਜਿਹਨੂੰ ਕਹਿ ਦਿੰਦੇ ਹੈਗੇ ਇਹ ਉੱਥੇ ਪਹੁੰਚੀ ਸੀ। ਅਤੇ ਇਹ ਵਾਕਿਆ ਇੱਕ ਬਹੁਤ ਅੱਛਾ ਕਦਮ ਹੈਗਾ ਉਹਨਾਂ ਦਾ, ਯੂ ਐਨ ਸੈਕਟਰੀ ਜਨਰਲ ਦਾ ਆਉਣਾ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਐਤਵਾਰ ਨੂੰ ਆਪਣੇ 4 ਦਿਨਾਂ ਦੌਰੇ 'ਤੇ ਪਾਕਿਸਤਾਨ ਪੁੱਜ ਰਹੇ ਹਨ। ਆਪਣੇ ਪਾਕ ਦੌਰੇ ਦੌਰਾਨ ਗੁਟਰੇਸ ਮੰਗਲਵਾਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਵੀ ਜਾਣਗੇ। ਉਹਨਾਂ ਦੇ ਕਰਤਾਰਪੁਰ ਦੌਰੇ ਤੋਂ ਪਹਿਲਾਂ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਟੀਮ ਨੇ ਪ੍ਰੋਟੋਕੋਲ ਅਧਿਕਾਰੀ ਵਜ਼ੀਰਾ ਇਕਰਮ ਦੀ ਅਗਵਾਈ ਵਿੱਚ ਇਹ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਦਰਸ਼ਕੋ, ਇਹਨਾਂ ਦਾ ਜਦੋਂ ਵੀ ਕੋਈ ਸੀਨੀਅਰ ਅਫਸਰ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ ਆਉਂਦੀ, ਇਹਨਾਂ ਦੀ ਐਡਵਾਂਸ ਪਾਰਟੀ ਹੁੰਦੀ ਆ। ਜਿੱਥੇ ਜਿੱਥੇ ਵੀ ਉਸ VIP ਨੇ VVIP ਨੇ ਜਾਣਾ ਹੁੰਦਾ ਹੈਗਾ, ਸਿਕਿਉਰਿਟੀ ਐਂਗਲ ਤੋਂ ਉਹਨੂੰ ਐਨਾਲਾਈਜ਼ ਕੀਤਾ ਜਾਂਦਾ ਹੈਗਾ। ਆਪਣੇ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਮੁਖੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੁਵੱਲੀਆਂ ਬੈਠਕਾਂ ਵੀ ਗੱਲ ਕਰਨਗੇ। ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਰਫ ਆਲਵੀ ਨਾਲ ਵੀ ਮੁਲਾਕਾਤ ਕਰਨਗੇ। ਵਰਣਨਯੋਗ ਹੈ ਬੀਤੇ ਸਾਲ ਨਵੰਬਰ ਵਿੱਚ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦਾ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਗੁਟਰੇਸ ਨੇ ਸਵਾਗਤ ਕਰਦਿਆਂ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਵਾਲਾ ਕਦਮ ਦੱਸਿਆ ਸੀ। ਵਾਕਿਆ ਇਹ ਸਦਭਾਵਨਾ ਵਾਲਾ ਕਦਮ ਸਾਬਤ ਹੋਇਆ। ਪੀਪਲ ਟੂ ਪੀਪਲ ਕੋਂਟੈਕਟ ਬਹੁਤ ਵਧੀਆ ਹੈਗਾ, ਇੱਧਰਲੇ ਜਿਹੜੇ ਪੰਜਾਬ ਦੇ ਲੋਕ ਉੱਧਰਲੇ ਪੰਜਾਬ ਦੇ ਲੋਕਾਂ ਨੂੰ ਮਿਲੇ ਹੈਗੇ, ਬਹੁਤ ਆਪਸ ਵਿੱਚ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੁੰਦਾ ਹੈਗਾ। ਬੇਸਿਕਲੀ ਉੱਧਰਲਾ ਪੰਜਾਬ ਹੀ ਇੱਕੋ ਹੀ ਪੰਜਾਬ ਸੀਗਾ। ਇਹ ਪਹਿਲੀ ਖਬਰ ਸੀ ਹਫ਼ਤਾ ਕੁ ਵੇਲੇ ਸ਼੍ਰੀ ਕਰਤਾਰਪੁਰ ਸਾਹਿਬ ਜਾਣਗੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ। ਇਹਦੇ ਵਿੱਚ ਇਹ ਸੀ ਵੀ ਜਿਹੜੇ ਸੰਯੁਕਤ, ਜਦੋਂ ਇਹ ਪਹਿਲੀ ਵਾਰੀ ਖਬਰ ਹਫ਼ਤਾ ਕੁ ਵੇਲੇ ਪਤਾ ਲੱਗੀ ਸੀ, ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਅਗਲੇ ਹਫ਼ਤੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜਾਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਟਰੇਸ ਆਪਣੇ 4 ਦਿਨਾਂ ਦੌਰੇ 'ਤੇ ਐਤਵਾਰ ਨੂੰ ਇਸਲਾਮਾਬਾਦ ਪੁੱਜਣਗੇ। ਇਹ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੁਵੱਲੇ ਮਸਲਿਆਂ 'ਤੇ
ਬੈਠਕਾਂ ਕਰਨਗੇ। ਖਾਸ ਤੌਰ 'ਤੇ ਟਿਕਾਊ ਨਿਵਾਸ, ਜਲਵਾਯੂ ਤਬਦੀਲੀ ਅਤੇ ਸ਼ਾਂਤੀ ਸਥਾਪਨਾ ਸੰਬੰਧੀ ਸਮਾਗਮ ਵਿੱਚ ਸੰਬੋਧਨ ਕਰਨਗੇ। ਪਾਕਿ ਵਿਦੇਸ਼ ਵਿਭਾਗ ਦੇ ਡਿਪਟੀ ਬੁਲਾਰੇ ਫਰਹਾਨ ਹੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਕਰਤਾਰਪੁਰ ਸਾਹਿਬ ਵੀ ਜਾਣਗੇ। ਇਹ ਦਰਸ਼ਕੋ ਤੁਹਾਨੂੰ ਯਾਦ ਹੀ ਕਰਾ ਦਿਆ ਹੈਗਾ, ਇਹਨਾਂ ਨੇ ਮੰਗਲਵਾਰ ਜਾਣਾ ਹੈਗਾ ਅਤੇ ਇਹਨਾਂ ਨੇ ਪਿਛਲੇ ਸਾਲ ਜਦੋਂ ਲਾਂਘਾ ਖੁੱਲ੍ਹਿਆ ਸੀ ਆਪਣੇ ਵੱਲੋਂ ਲਾਂਘੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਦੋਨੋਂ ਦੇਸ਼ਾਂ ਨੂੰ ਜਿਹੜਾ ਪੀਸ ਅਤੇ ਬ੍ਰਦਰਹੁੱਡ ਕਾਇਮ ਕਰਨ ਵਿੱਚ ਉਹਨਾਂ ਨੇ ਕਿਹਾ ਸੀ। ਇਹ ਕਾਫੀ ਵਧੀਆ ਸਾਬਤ ਹੋ ਸਕਦਾ ਹੈਗਾ। ਇਹਦੇ ਨਾਲ ਨਾਲ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਫੋਰਮਲੀ ਰਿਸੈਪਸ਼ਨ ਲਈ ਬਹੁਤ ਵਧੀਆ ਆਪਣੇ ਇੰਤਜ਼ਾਮ ਕੀਤੇ ਹੈਗੇ, ਜਦੋਂ ਵੀ ਉੱਥੇ ਮੰਗਲਵਾਰ ਜਾਣਗੇ। ਇਹਦੇ ਨਾਲ ਨਾਲ ਇੱਕ ਹੋਰ ਬਹੁਤ ਅਹਿਮ ਹੈਗਾ, ਦਿੱਲੀ ਵਿੱਚ ਤੀਜੀ ਵਾਰ ਕੇਜਰੀਵਾਲ ਦੀ ਸਰਕਾਰ, ਅੱਜ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋ ਰਿਹਾ ਹੈਗਾ। ਇਹ ਜਦੋਂ ਦਾ ਕੇਜਰੀਵਾਲ ਸਾਹਿਬ ਤੀਸਰੀ ਵਾਰੀ ਪੰਜਾਬ ਦੀ ਇੰਡੀਆ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਆ ਜਿਨ੍ਹਾਂ ਨੂੰ ਡਿਵੈਲਪਮੈਂਟ ਮੁੱਦੇ 'ਤੇ ਵੋਟਾਂ ਪਾਈਆਂ ਹੈਗੀਆਂ, ਕਟਿੰਗ ਕਲੋਸ ਪਾਰਟੀ ਲਾਈਨ, ਮਤਲਬ ਜਾਤੀ ਦੀ ਰਾਜਨੀਤੀ, ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਹੈਗਾ ਪਹਿਲੀ ਵਾਰੀ ਇਹ ਜਿਹੜਾ ਦਿੱਲੀ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਹੋਈ ਹੈ। ਇਹਦਾ ਜਿਹੜਾ ਅਸਰ ਆ ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਈਵਨ ਜੰਮੂ ਐਂਡ ਕਸ਼ਮੀਰ ਦੀ ਰਾਜਨੀਤੀ 'ਤੇ ਵੀ ਪਏਗਾ। ਲੋਕ ਚਾਹੁੰਦੇ ਹੈਗੇ ਆ ਵੀ ਕੇਜਰੀਵਾਲ ਸਾਹਿਬ ਵਰਗਾ ਡਿਵੈਲਪਮੈਂਟ ਮਾਡਲ ਇੱਥੇ ਹੀ। ਅਮਰਿੰਦਰ ਸਿੰਘ ਨੇ ਵੀ ਹੁਣ ਸਾਰੇ ਕੱਲ੍ਹ ਪਰਸੋਂ ਡਿਪਟੀ ਕਮਿਸ਼ਨਰ ਨੂੰ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਹੈਗਾ ਵੀ ਸਾਰੇ ਜਿਹੜੇ ਬੇਸਿਕ ਮੁੱਦੇ ਹੈਗੇ ਆ, ਬਿਜਲੀ, ਪਾਣੀ, ਹੈਲਥ ਅਤੇ ਐਜੂਕੇਸ਼ਨ ਰਿਲੇਟਡ, ਉਹਨਾਂ 'ਤੇ ਖੁੱਲ੍ਹ ਕੇ ਕੀਤਾ ਜਾਓ। ਆਓ ਕੋਈ ਸ਼ਰਧਾਲੂਆਂ ਨਾਲ ਗੱਲ ਕਰ। ਹਾਂਜੀ, ਕੀ ਨਾਮ ਮਾਤਾ ਜੀ ਤੁਹਾਡਾ? ਮੇਰਾ ਨਾਮ ਸੁਖਜੀਤ ਕੌਰ। ਅੱਛਾ ਅੱਛਾ, ਕਿੱਥੇ ਰਹਿੰਦੇ ਹੋ ਤੁਸੀਂ? ਸਾਡੇ ਵੀ ਸੇਮੀ ਆ, ਪਿੰਡ ਚੰਗੀ ਆ। ਅੱਛਾ, ਕੀ ਕਰਤਾਰਪੁਰ ਲਾਂਘੇ ਬਾਰੇ ਕੀ ਵਿਚਾਰ ਤੁਹਾਡਾ? ਅਸੀਂ ਬਹੁਤ ਖੁਸ਼ ਆ। ਅੱਛਾ ਅੱਛਾ, ਸਾਡੀ ਜ਼ਿੰਦਗੀ ਦੇ ਵਿੱਚ 550 ਸਾਲ ਆਇਆ, ਇਸ ਗੱਲ ਦੀ ਬਹੁਤ ਖੁਸ਼ੀ ਆ। ਹਾਂਜੀ ਹਾਂਜੀ, ਮਤਲਬ ਕਿ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਨਾਂ ਹੋ ਗਿਆ, ਨਾਂ ਹੋਇਆ ਵਾ। ਪਹਿਲਾਂ ਤਾਂ ਇੱਥੇ ਪਤਾ ਲੱਗਾ ਸੀ ਲੋਕੀ ਇੱਧਰ ਰਿਸ਼ਤੇ ਰੁਸ਼ਤੇ ਕਰਨ ਤੋਂ ਵੀ ਬੜੇ ਡਰਦੇ ਸੀ, ਕਿਉਂਕਿ ਇੰਨਾ ਬੈਕਵਰਡ ਇਲਾਕਾ ਸੀ। ਹੁਣ ਤਾਂ ਲੋਕ ਯੂਐਸਏ ਤੋਂ ਰਿਸ਼ਤੇ ਆਉਣ ਲੱਗੇ। ਅੱਛਾ, ਕੁੜੀਆਂ ਮੁੰਡਿਆਂ ਦੇ ਯੂਐਸਏ ਤੋਂ ਰਿਸ਼ਤੇ ਸ਼ੁਰੂ ਹੋ ਗਏ, ਬਾਹਰੋਂ ਰਿਸ਼ਤੇ ਲੋਕੀ ਕਰਨ ਡਏ ਨੇ ਆ ਕੇ। ਵਾਹ ਵਾਹ ਵਾਹ, ਬਹੁਤ ਖੁਸ਼ ਆ। ਅਸੀਂ ਬਾਬੇ ਨਾਨਕ ਨੇ ਬਹੁਤ ਮਿਹਰ ਕੀਤੀ ਹੈ। ਅੱਛਾ ਅੱਛਾ, ਸਾਡੇ ਇਲਾਕੇ ਦੀ ਵੀ ਸੁਣੀ ਗਈ ਆ, ਸੜਕਾਂ ਵਧੀਆ ਬਣ ਗਈਆਂ, ਸਭ ਕੁਝ ਵਧੀਆ। ਹਾਂਜੀ ਹਾਂਜੀ, ਬਾਕੀ ਸਾਡੇ ਬੱਚਿਆਂ ਦੀ ਪੜ੍ਹਾਈ ਦੀ ਬਹੁਤ ਪਰੇਸ਼ਾਨੀ ਆ। ਹਾਂਜੀ, ਤੇ ਹਾਂਜੀ ਹਾਂ, ਚਲੋ ਇੱਥੇ ਕੋਈ ਯੂਨੀਵਰਸਿਟੀ ਖੁੱਲ ਜੇ ਚਾਹੇ ਕਿਸੇ ਤਰ੍ਹਾਂ ਕੋਈ ਕਰ, ਚਲੋ ਹੋਪ ਕਰਦੇ ਹਾਂ ਯੂਨੀਵਰਸਿਟੀ ਖੁੱਲ ਜਾਵੇ। ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਹਾਂਜੀ ਭਾਈ ਸਾਹਿਬ, ਕੀ ਨਾਮ ਤੁਹਾਡਾ? ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ। ਕਿੱਥੋਂ ਆਏ ਹੋ ਅਸ਼ਵਨੀ? ਹੁਸ਼ਿਆਰਪੁਰ ਤੋਂ ਜੀ। ਵਾਹ ਵਾਹ, ਹੁਸ਼ਿਆਰਪੁਰ ਦੇ ਲੋਕ ਕਹਿੰਦੇ ਬਹੁਤ ਹੁਸ਼ਿਆਰ ਹੁੰਦੇ, ਤੁਸੀਂ ਕੀ ਕੰਮ ਕਰਦੇ ਹੋ ਪਹਿਲਾਂ? ਮੇਰਾ ਆਪਣਾ ਬਿਜ਼ਨਸ ਹੈ ਜੀ, ਫੂਡ ਸਪਲੀਮੈਂਟ ਦਾ। ਵੈਰੀ ਗੁੱਡ, ਹੁਸ਼ਿਆਰਪੁਰ ਹੀ ਜੀ? ਹੁਸ਼ਿਆਰਪੁਰ ਦੇ ਵਿੱਚ। ਅੱਛਾ, ਪਹਿਲੀ ਵਾਰੀ ਆਏ ਇੱਧਰ ਡੇਰਾ ਬਾਬਾ ਨਾਨਕ? ਫਸਟ ਟਾਈਮ ਆਏ ਹੋ? ਕਿੱਦਾਂ, ਮਨ ਖੁਸ਼ ਹੋ ਗਿਆ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ। ਸਾਡੀ ਗਵਰਨਮੈਂਟ ਨੇ, ਸਿੱਧੂ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ। ਸਿੱਧੂ ਸਾਹਿਬ ਨੇ ਤੇ ਇਮਰਾਨ ਖਾਨ ਨੇ, ਦੋਨਾਂ ਨੇ ਕਮਾਲ ਕਰ ਲਿਆ, ਤੇ ਮੋਦੀ ਸਾਹਿਬ ਵੀ ਸਾਡੇ ਬਹੁਤ ਵੱਡੀ ਕਮਾਲ, ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੇ ਵੀ ਬਹੁਤ ਵੱਡਾ ਇਹਨੂੰ ਉਪਰਾਲਾ ਕੀਤਾ ਹੈ। ਹਾਂਜੀ ਹਾਂਜੀ, ਸਿੱਖੀ ਵਾਸਤੇ ਵੀ ਔਰ ਸਾਡੇ ਪੂਰੇ ਹਿੰਦੁਸਤਾਨ ਵਾਸਤੇ, ਪੂਰੀ ਆਵਾਮ ਵਾਸਤੇ ਬਹੁਤ ਵਧੀਆ ਕਦਮ ਚੱਕਿਆ ਜੀ, ਔਰ ਮਨ ਖੁਸ਼ ਹੋ ਰਿਹਾ ਇੱਥੇ ਆ ਕੇ, ਬੜਾ ਚੰਗਾ ਲੱਗ ਰਿਹਾ, ਬੜੀ ਸ਼ਾਂਤੀ ਮਿਲ ਰਹੀ ਹੈ। ਬਹੁਤ ਵਧੀਆ ਸਿਸਟਮ ਬਣਾਇਆ ਜੀ ਉਹਨਾਂ ਨੇ ਇੱਥੇ, ਜਿਹਦੇ ਨਾਲ ਬਹੁਤ ਚੰਗਾ ਲੱਗ ਰਿਹਾ ਸਾਰਿਆਂ ਨੂੰ ਸਿਸਟੋਮੈਟਿਕਲੀ, ਔਰ ਹਲੇ ਕੰਮ ਚੱਲ ਰਿਹਾ। ਔਰ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਸਾਲ ਬਾਅਦ ਦੁਬਾਰਾ ਆਵਾਂਗੇ ਤਾਂ ਵੇਖਾਂਗੇ, ਬਹੁਤ ਵਧੀਆ ਸਟੈਪ ਇੱਥੇ ਲਿੱਤੇ ਜਾਣਗੇ, ਬੜਾ ਅੱਛਾ ਡਿਜ਼ਾਈਨ ਕੀਤਾ ਜਾਏਗਾ, ਬਹੁਤ ਮਜ਼ਾ ਆ ਰਿਹਾ ਜੀ। ਬਹੁਤ ਪਹਿਲੀ ਵਾਰੀ ਇੱਧਰ ਆਏ ਸੀ ਅੱਜ? ਜੀ ਫਸਟ ਟਾਈਮ ਆਏ ਜੀ, ਫਸਟ ਟਾਈਮ ਫੈਮਲੀ ਦੇ ਨਾਲ ਅੱਜ ਫਸਟ ਟਾਈਮ ਆਉਣ ਦਾ ਮੌਕਾ। ਦੇਖਣ ਆਏ ਹੋ ਜੀ? ਬਿਲਕੁਲ, ਵੇਖਣ ਹੁਸ਼ਿਆਰਪੁਰੋਂ? ਜੀ ਬਿਲਕੁਲ। ਵੈਰੀ ਗੁੱਡ, ਤੇ ਫਿਰ ਤੁਸੀਂ ਗੁਰਦੁਆਰਾ ਸਾਹਿਬ ਵੀ ਜਾਓ ਪਾਕਿਸਤਾਨ? ਨੈਕਸਟ ਟਾਈਮ ਦਾ ਪ੍ਰੋਗਰਾਮ ਬਣਾਇਆ, ਨੈਕਸਟ ਟਾਈਮ ਦਾ ਬਣਾਇਆ, ਹੁਣ ਅਗਲਾ ਸ਼ਡਿਊਲ ਕਿਤੇ ਹੋਰ ਜਾਣ ਦਾ। ਅੱਛਾ ਅੱਛਾ, ਤੇ ਨੈਕਸਟ ਟਾਈਮ ਜ਼ਰੂਰ ਜਾਵਾਂਗੇ ਜੇ ਮੌਕਾ ਮਿਲਿਆ ਤਾਂ। ਚਲੋ, ਆਲ ਦਾ ਬੈਸਟ। ਆਲ ਦਾ ਹਾਂਜੀ ਹਾਂਜੀ। ਮੈਡਮ, ਤੁਹਾਡਾ ਨਾਂ ਕੀ ਹੈ? ਹਰਪ੍ਰੀਤ ਕੌਰ ਜੀ। ਅੱਛਾ, ਤੁਸੀਂ ਵੀ ਹੁਸ਼ਿਆਰਪੁਰ ਤੋਂ ਹੀ ਆਏ ਹੋ? ਕੀ ਕਰਦੇ ਹੋ ਤੁਸੀਂ ਪਹਿਲਾਂ ਦੱਸੋ? ਮੈਂ ਹਾਊਸ ਵਾਈਫ ਹਾਂ ਜੀ। ਅੱਛਾ 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 ਅੱਛਾ, ਤੁਸੀਂ ਤਾਂ ਨਿਊਲੀ ਵੈਡ ਲੱਗਦੇ ਹੋ। ਬਿਲਕੁਲ, ਸੇਵਾ ਸੁਵਾ ਕਰਦੇ ਤੁਹਾਡੀ ਇਹ ਫੈਮਲੀ? ਬਿਲਕੁਲ। ਤੁਹਾਡਾ ਕਿਹੜਾ ਪਿੰਡ ਸ਼ਹਿਰ ਆ? ਮੈਂ ਵੈਸੇ ਤਲਵਾੜੇ ਤੋਂ ਬਿਲੋਂਗ ਕਰਦੀ ਹਾਂ। ਅੱਛਾ, ਤਲਵਾੜਾ ਹੁਸ਼ਿਆਰਪੁਰ ਦੇ ਲਾਗੇ। ਕਿੰਨਾ ਕੁ ਪੜ੍ਹੇ ਲਿਖੇ ਹੋ? ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮਾਸਟਰ ਕੀਤੀ ਹੋਈ ਹੈ। ਅੱਛਾ ਅੱਛਾ, ਤੁਸੀਂ ਵੀ ਪਹਿਲੀ ਵਾਰੀ ਅੱਜ ਇੱਧਰ ਆਏ? ਮੈਂ ਤਾਂ ਬਿਲਕੁਲ ਵੈਰੀ ਫਰਸਟ ਟਾਈਮ ਆਈ ਹਾਂ। ਅੱਛਾ ਅੱਛਾ, ਕਿਵੇਂ, ਮਨ ਖੁਸ਼ ਹੋ ਗਿਆ ਕਿ ਨਹੀਂ? ਬਿਲਕੁਲ ਜੀ, ਬਹੁਤ ਜ਼ਿਆਦਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ? ਬਿਲਕੁਲ, ਦਰਸ਼ਨ ਕੀਤੇ। ਅੱਛਾ ਅੱਛਾ, ਬਹੁਤ ਵਧੀਆ ਹੋਏ। ਹਾਂ, ਚਲੋ ਹੁਣ ਤੁਸੀਂ ਜਿਹੜੇ ਹੈਗੇ ਆ ਪੰਜਾਬ ਦੇ ਲੋਕਾਂ ਨੂੰ ਜਾਂ ਪਾਕਿਸਤਾਨ ਦੇ ਲੋਕਾਂ ਨੂੰ, ਦੋਨਾਂ ਦੀ ਦੋਸਤੀ ਹੋ ਜਾਏ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ?
ਉਹਦੇ ਬਾਰੇ ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਇੱਥੇ ਦੇ ਵੀ ਲੋਕੀ ਉਹੀ ਹੈ ਤੇ ਉੱਥੇ ਦੇ ਵੀ ਉਹੀ ਹੈ, ਇੱਥੇ ਦੀ ਵੀ ਜ਼ਮੀਨ ਉਹੀ ਹੈ, ਉੱਥੇ ਦੀ ਵੀ ਉਹੀ ਹੈ ਤੇ ਆਸਮਾਨ ਇੱਕੋ ਹੀ ਹੈ। ਬਿਲਕੁਲ ਅਸੀਂ ਬਿਲਕੁਲ ਇੱਕੋ ਹੀ ਹੈਗੇ ਆ ਤੇ ਰਲ ਮਿਲ ਕੇ ਰਹੀਏ। ਬਹੁਤ ਅੱਛੀ ਆ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਹਾਂਜੀ, ਕੀ ਨਾਮ ਤੁਹਾਡਾ? ਅਮਰਜੀਤ ਕੌਰ ਨਾਮ। ਅੱਛਾ, ਕਿੱਥੋਂ ਆਏ ਹੋ? ਅਸੀਂ ਇੱਥੋਂ 10 ਕਿਲੋਮੀਟਰ ਤੇ ਹੀ ਹੈ ਸਾਡਾ ਪਿੰਡ, ਪਿੰਡ ਭੋਲੇ ਕੇ ਆ। ਅੱਛਾ ਅੱਛਾ। ਹਾਂਜੀ, ਤੇ ਪਹਿਲਾਂ ਵੀ ਅਸੀਂ ਇੱਥੇ ਆਏ ਸੀ, ਉਦੋਂ ਤੇ ਅਜੇ ਕੁਝ ਵੀ ਨਹੀਂ ਸੀ। ਅੱਛਾ ਅੱਛਾ। ਕੱਚਾ ਰਸਤਾ ਸੀ, ਦੂਰਬੀਨਾਂ ਦੇਖ ਕੇ ਗਏ ਸੀ। ਅੱਛਾ ਅੱਛਾ, ਮਤਲਬ ਕੋਰੀਡੋਰ ਖੁੱਲਣ ਤੋਂ ਪਹਿਲਾਂ। ਹਾਂਜੀ ਹਾਂਜੀ। ਲੇਕਿਨ ਹੁਣ ਆਏ ਆ, ਬਹੁਤ ਵਧੀਆ ਲੱਗਾ ਹੈ। ਹਾਂਜੀ, ਕਿ ਬਹੁਤ ਕੁਝ ਬਣਾ ਦਿੱਤਾ ਹੈ। ਹਾਂਜੀ, ਤੇ ਬਹੁਤ ਵਧੀਆ ਹੈ ਕਿ ਸਰ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ। ਹਾਂਜੀ, ਸਰ ਇਮਰਾਨ ਖਾਨ ਜੀ ਨੇ। ਹਾਂਜੀ, ਤੇ ਸਿੱਧੂ ਸਰ ਉਹਨਾਂ ਨੇ। ਹਾਂਜੀ, ਔਰ ਮੋਦੀ ਜੀ ਨੇ ਬਹੁਤ ਵਧੀਆ ਸਾਥ ਦਿੱਤਾ ਇਹਨਾਂ ਦਾ। ਬਹੁਤ ਹੀ ਵਧੀਆ ਇਹ ਚੀਜ਼ ਹੈ ਕਿ ਜਿਹੜਾ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਸਾਨੂੰ ਦਰਸ਼ਨ ਜਿਹੜੇ ਉਹ ਹੋਣਗੇ। ਜੋ ਬਹੁਤ ਦੇਰ ਤੋਂ ਅਰਦਾਸਾਂ ਚੱਲ ਰਹੀਆਂ ਸੀ ਸੰਗਤਾਂ ਦੀਆਂ, ਉਹ ਅਰਦਾਸਾਂ ਜਿਹੜੀਆਂ ਅੱਜ ਪੂਰੀਆਂ ਹੋਈਆਂ। ਬਹੁਤ ਅੱਛੀ ਗੱਲ। ਤੁਸੀਂ ਕੀ ਕਰਦੇ ਹੋ? ਮੈਂ ਹਾਊਸਵਾਈਫ। ਹਾਊਸਵਾਈਫ। ਤੇ ਇਹ ਜਦੋਂ ਕੋਰੀਡੋਰ ਹੁਣ ਖੁੱਲ ਗਿਆ ਹੈਗਾ ਤੇ ਤੁਸੀਂ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ? ਹਾਂਜੀ ਹਾਂਜੀ, ਪਾਸਪੋਰਟ ਬਣਾਏ ਆ। ਤੇ ਫਿਰ ਤਾਂ ਬੁਕਿੰਗ ਕਰਾਓ ਤੇ ਜਾਓ ਫਿਰ ਫਿਰ ਕਿਹੜੀ ਗੱਲ ਹੈ? ਬਹੁਤ ਜਲਦੀ ਅਸੀਂ ਇੱਕ ਪਲਾਨ ਕਰ ਰਹੇ ਹਾਂ। ਹਾਂਜੀ ਅੱਛਾ, ਪੂਰੀ ਫੈਮਿਲੀ ਸਮੇਤ? ਹਾਂਜੀ ਬਿਲਕੁਲ ਸਰ। ਓਕੇ, ਥੈਂਕ ਯੂ। ਸੋਲ ਸਾਹਿਬ, ਤੁਸੀਂ ਜਿਹੜਾ ਕਰਤਾਰਪੁਰ ਕੋਰੀਡੋਰ ਆ ਉਹ 370 ਆਰਟੀਕਲ ਜਦੋਂ ਤਾਂ ਲਾਇਆ ਹੈਗਾ, ਉਹ ਇੱਕ ਭਾਰਤ ਪਾਕਿਸਤਾਨ ਦੇ ਰਿਲੇਸ਼ਨ ਥੋੜ੍ਹੇ ਟੈਂਸ ਹੋ ਗਏ ਹੈਗੇ, ਇਹ ਰਿਲੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ? ਵਿਦ ਕਰਤਾਰਪੁਰ ਕੋਰੀਡੋਰ ਇਹਨਾਂ ਸਾਰੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਇਹ ਜਿਹੜੇ ਸਰਕਾਰਾਂ ਦੇ ਰਿਲੇਸ਼ਨਸ਼ਿਪ ਹੈ ਜਾਂ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਰਿਲੇਸ਼ਨਸ਼ਿਪ ਹੁੰਦੇ ਆ, ਹਾਂਜੀ, ਉਹ ਹਮੇਸ਼ਾ ਹੀ ਕੁਛ ਨਾ ਕੁਛ ਵਿੱਚ ਉਹਦੇ ਖਟਾਸ ਆਈ ਰਹਿੰਦੀ ਆ। ਉਧਰਲੇ ਦੇਸ਼ਾਂ 'ਚ ਵੀ? ਉਧਰਲੇ ਦੇਸ਼ਾਂ 'ਚ ਵੀ ਉਹ ਹਰੇਕ, ਹੁਣ ਅਮੈਰੀਕਾ ਤਾਂ ਹਰੇਕ ਮੁਲਕ ਦੇ ਨਾਲ ਪੰਗਾ ਪਾ ਕੇ ਬੈਠਾ। ਮਤਲਬ ਅਸੀਂ ਇਹ ਨਹੀਂ ਕਹਿੰਦੇ ਉਹ ਬੁਰਾ ਕੰਮ ਆ, ਅਸੀਂ ਇਹ ਕਹਿੰਦੇ ਹਾਂ ਚੰਗਾ ਕੰਮ ਆ, ਪਰ ਉਸ ਉਸ ਤਲਖ ਨੂੰ ਇੰਨੇ ਹਕੂਕ ਤੱਕ ਲਿਜਾਣਾ ਵੀ, ਮਤਲਬ ਕਿ ਹੁਣ ਅੱਜੋ ਹੀ ਅਸੀਂ ਪਰਮਾਣੂ ਬੰਬ ਲੱਗੇ ਸਿੱਟਣ ਜਾਂ ਕਿਸੇ ਧਰਮ ਜਾਤੀ ਦਾ ਨਾਂ ਲੈ ਕੇ ਉਹਨਾਂ ਬਾਰੇ ਗੱਲਾਂ ਕਰਨੀਆਂ, ਇਹ ਕੋਈ ਵਾਲੀ ਪੜ੍ਹਿਆ ਲਿਖਿਆ ਵਾਲੀ ਗੱਲ ਨਹੀਂ ਗੀ। ਲੋਕਾਂ ਨੂੰ ਅਮਨ ਚੈਨ ਦੇ ਨਾਲ ਬੈਠਣ ਦੇਣਾ ਚਾਹੀਦਾ ਆ। ਮਤਲਬ ਕਿ ਵੀ ਜੇ ਤੁਹਾਡੇ ਆਸ ਵਿੱਚ ਗੱਲਾਂ ਬਾਤਾਂ ਗੌਰਮੈਂਟ ਤੌਰ ਤੇ ਚੱਲਦੀਆਂ ਤਾਂ ਤੁਸੀਂ ਜੀ ਸਦ ਕੇ ਚਲਾਓ, ਪਰ ਇਹਨਾਂ ਗੱਲਾਂ ਨੂੰ ਪਬਲਿਕ ਦੇ ਵਿੱਚ ਲਿਆਉਣਾ ਜਿੰਨਾ ਚਿਰ ਕੋਈ ਉਹੋ ਜਿਹੀ ਗੱਲਬਾਤ ਨਹੀਂ ਹੁੰਦੀ ਤੇ ਉਹ ਮੇਰਾ ਖਿਆਲ ਹੈ ਵੀ ਇੰਨੀ ਵਧੀਆ ਗੱਲ ਨਹੀਂ ਗੀ, ਉਹ ਤੁਸੀਂ ਸਿਰਫ ਵੋਟਾਂ ਲਈ ਕਰ ਰਹੇ ਹੋ। ਅੱਛਾ, ਇੱਕ ਗੱਲ ਦੱਸੋ, ਜਿਵੇਂ ਮੈਂ ਬਾਹਰ ਦੇਖਿਆ ਹੈਗਾ ਨੈਟੋ ਆ ਜਿਹਦੇ ਵਿੱਚ ਉਹ ਮੇਰੇ ਖਿਆਲ 7 ਕੰਟਰੀਜ਼ ਆ ਜਿਨ੍ਹਾਂ ਨੇ ਨੋ ਵਾਰ ਪੈਕਟ, ਉਹ ਜੇ ਇੱਕ 'ਤੇ ਅਟੈਕ ਉਹ ਸਮਝਦੇ ਵੀ ਦੂਸਰੇ 'ਤੇ ਹੈਗਾ, ਇਹ ਭਾਰਤ ਪਾਕ ਆਪਸ ਵਿੱਚ ਇੱਦਾਂ ਦੀ ਸਮਝੌਤਾ ਨਹੀਂ ਕਰ ਸਕਦੇ ਵੀ ਇੱਕ ਵੀ ਅਸੀਂ ਇੱਕ ਦੂਸਰੇ 'ਤੇ ਹਮਲਾ ਨਹੀਂ ਕਰਾਂ, ਫਰੈਂਡਸ਼ਿਪ ਇਹਨਾਂ ਦਾ ਫਾਇਦਾ ਨਹੀਂ? ਹੁਣ ਤਾਂ ਅੱਗੇ ਤਾਂ ਅਮੈਰੀਕਾ ਵੀ ਉਹ ਪਾਕਿਸਤਾਨ ਨੂੰ ਉਹ ਇੱਕ ਕਿਸਮ ਦਾ ਉਕਸਾਉਂਦਾ ਸੀ, ਉਹ ਵੀ ਹੁਣ ਇੱਕ ਸਾਈਡ 'ਤੇ ਹੋ ਗਿਆ ਹੈਗਾ। ਇਹ ਦੇਖੋ ਕੀ ਗੱਲ ਆ, ਇਹ ਨਾ ਦੋ ਭਰਾਵਾਂ ਦਾ ਮਸਲਾ ਆ। ਹਾਂਜੀ, ਜੇ ਇਸ ਟਾਈਮ ਵੰਡ ਹੋਈ ਸੀਗੀ ਤੇ ਉਸ ਟਾਈਮ ਮਤਲਬ ਕਿ ਵੀ ਇੱਕ ਕਿਸਮ ਦੇ ਇੱਕ ਘਰ ਦੇ ਵਿੱਚੋਂ ਦੋ ਭਰਾ ਵੰਡੇ ਗਏ, ਮਤਲਬ ਕਿ ਜੇ ਘਰ ਇੱਕੋ ਹੀ ਸੀ ਤੇ ਵੰਡ ਹੋ ਗਿਆ, ਜਾਣ ਬੁੱਝ ਕੇ ਵੰਡ ਦਿੱਤਾ। ਉਹ ਹੁਣ ਜਿਹੜੀ ਵੰਡ ਆ ਤੁਸੀਂ ਆਮ ਪਿੰਡਾਂ ਦੇ ਵਿੱਚ ਦੇਖ ਲਿਓ, ਸ਼ਹਿਰਾਂ 'ਚ ਦੇਖ ਲਿਓ, ਉੱਥੇ ਵੀ ਫੈਮਿਲੀ ਜਿਹੜੀ ਆਪਸ 'ਚ ਲੜਦੀ ਰਹਿੰਦੀ ਆ। ਲੜ ਸਕਦੇ ਆ, ਪਰ ਜੇ ਤੁਸੀਂ ਵਿਨਾਸ਼ ਕਰਨ ਦੀ ਲੜਦੇ ਆ ਉਹ ਤੁਹਾਡੇ ਵਾਸਤੇ ਮਤਲਬ ਕਿ ਲੀਡਰਾਂ ਵਾਸਤੇ ਕੋਈ ਬਾਹਲੀ ਵਧੀਆ ਗੱਲ ਨਹੀਂ ਗੀ, ਲੋਕਾਂ ਵਾਸਤੇ ਬਾਹਲੀ ਵਧੀਆ ਗੱਲ ਨਹੀਂ। ਲੋਕਾਂ ਨੇ ਮਰਨਾ, ਲੀਡਰਾਂ ਨੇ ਖੁੱਡਿਆਂ 'ਚ ਬੜੇ ਹੋਣਾ ਤੇ ਲੋਕੀ ਮਾਰ ਦਿੰਦੇ, ਲੋਕੀ ਬਸ ਲੋਕੀ ਆਪਸ 'ਚ ਮਰਦੇ ਆ, ਉਧਰਲੇ ਵੀ ਗਰੀਬ ਮਰਨੇ, ਇੱਧਰਲੇ ਵੀ ਗਰੀਬ ਮਰਨੇ ਆ, ਲੀਡਰਾਂ ਨੇ ਵੀ ਉੱਥੇ ਹੀ ਰਹਿਣਾ ਆ, ਸਾਰਿਆਂ ਨੇ ਉਹ ਇਹਨਾਂ ਦਾ ਸਾਰਾ ਸਿਸਟਮ ਵੀ ਚੱਲਦਾ ਰਹਿਣਾ ਆ, ਬਾਹਰ ਦੌੜ ਜਾਣਗੇ, ਪੈਸਾ ਉਹਨਾਂ ਨੇ ਬਾਹਰ ਲੈ ਜਾਣਾ ਲੀਡਰਾਂ ਨੇ। ਇਸ ਕਰਕੇ ਮਤਲਬ ਕਿ ਵੀ ਮੈਂ ਮੇਰਾ ਤਾਂ ਇਹ ਕਹਿਣਾ ਆ ਵੀ ਇੱਕ ਤਾਂ ਮਜ਼ਹਬ ਦੀ ਲੜਾਈ ਕਦੇ ਨਹੀਂ ਹੋਣੀ, ਮੈਂ ਕਹਿੰਦਾ ਮਜ਼ਹਬ ਖਤਮ ਹੀ ਕਰ ਦੇਣ ਸਾਰੇ, ਵੀ ਸਾਰੇ ਆਪਣਾ ਪਰਸਨਲ ਆਪਣੇ ਘਰ ਵਿੱਚ ਬੈਠ ਕੇ ਮੰਨਣ, ਘਰ ਬੈਠ ਕੇ ਕਰ ਲੈਣ, ਜਿਹਨੂੰ ਮਰਜ਼ੀ ਮੰਨੋ, ਆਪਣਾ ਗੁਰਦੁਆਰਾ ਵੀ ਬਣਾਉਣਾ ਤੇ ਉਹਦੀ ਆਵਾਜ਼ ਜਿਹੜੀ ਸੜਕ ਤੱਕ ਨਹੀਂ ਆਉਣੀ ਚਾਹੀਦੀ। ਬਿਲਕੁਲ ਠੀਕ ਹੈ, ਵੀ ਜੇ ਸੜਕ ਤਾਂ ਹੀ ਆਵਾਜ਼ ਆਉਂਦੀ ਆ, ਦੂਜੇ ਨੂੰ ਤਕਲੀਫ ਹੁੰਦੀ ਆ ਤੇ ਉਸ ਟਾਈਮ ਉਹ ਆਵਾਜ਼ ਬੰਦ ਹੋਣੀ ਚਾਹੀਦੀ ਆ, ਚਾਹੇ ਉਹ ਕਿਸੇ ਵੀ ਫੋਰਸ ਨਾਲ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤੀ ਧਰਤੀ ਹੈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਲਗਭਗ 17 ਸਾਲ ਬਤੀਤ ਕੀਤੇ ਹਨ। ਨਾਲ ਨਾਲ ਜੋ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ
तीन उदासियां करके आए। उस तो बाद गुरु नानक देव महाराज जी ने इत्थे जो उन्हां दा सिधांत सी किरत करो नाम जपो तो वंड के छको, खुद उन्होंने दसा नौ की किरत की। अपनी कमाई के विचों एक हिस्सा दसवां दो लोड़वंद गरीबों नूं गुरु का लंगर नाल चलाउंदे सी, ते मनुखता की सेवा वास्ते उन्होंने सारा अपना जीवन अर्पण किया। तकरीबन 2-3 किलोमीटर दूर इतने करतारपुर साहब हुण कोरीडोर बनिया। मेरी सारी संगत के चरणों च बेनती है कि यतन करिए इस पावन पवित्र चरण शुद्ध धरती के आपां सतगुरां दे दर्शन करिए, नाल नाल करतारपुर साहब की धरती जिथे गुरु नानक साहब महाराज जी ज्योति जोत समाए। मेरे हाथ जोड़ के बेनती भी है परमात्मा जनां वल कि जो पासपोर्ट की शर्त लगाई गई है इसकी जगह अगर आप आधार कार्ड जो शर्त नरम कर दिता जाए उत्थे वेखण वाले जी, क्योंकि संगत दर्शन करने की बहुत ज्यादा चाहत है। हाँ जी। पर हर एक बंदे कोल पासपोर्ट नहीं है, बिल्कुल, जिसे करके उस संगत उत्थे जा नहीं सकती। कई जो दूरों दूरों संगत आउंदी है उन्होंने उस टाइम भी इंट्री नहीं दी जाती, परिवार के 2-3 मैंबर दे दी जाती है, बाकी निराश होकर फिर चले जाते बाद च आयो। भारत सरकार को भी कोई सरल तरीका अपना चाहिए, क्योंकि संगत चाहन वाण हैं, क्योंकि गुरु नानक साहब महाराज जी ने अपनी जिंदगी के अखीरला समा लगभग इसे करतारपुर साहब डेरा बाबा नानक की धरती से वसाया है। दास के हाथ जोड़ के बेनती जो उन्हां दी सिख्या है ये गुरु नानक साहब महाराज जी ने खुद विद्या ग्रहण की है, और आपां उन्हां दी बाणी पढ़ते भी मेरे मालिक के बचन विद्या विचारी पर पुकारी, क्योंकि विद्या नूं विचार के असी अपने जीवन में अपनाउणा है तां ही यह पर पुकारी होगी। क्योंकि ये सतगुरु जी कहिंदे आ पढ़िया मूर्ख आखी है जिस लभ लोभ अहंकारा, भावें विधवता होवे साढ़े को पर जो उस विधवता का हंकार है। गुरु नानक साहब महाराज जी जिहड़ी भी स्टेट में गए, श्रीलंका च गए, जिस भी देश में गए, उस लैंग्वेज में उन्होंने गलबात की, तो उस ही भाषाओं में गुरु ग्रंथ साहब महाराज जी की बाणी के शब्द आ। गुरु नानक साहब महाराज जी ने एक तो विद्या का, क्योंकि आप पढ़ते हैं आम लिखा हों स्कूलों में विद्या तीजा नेचर है, खुल जाए तो बेहतर है। तीजा नेत्र यह है भी साड़ी जी बुद्ध आ, साड़ी जिहड़ी सुरत आ, इहदे विच चंगे विचार आ जाणे, क्योंकि मन च जिहड़े चंगे मारे विचार उहदे बारे बुद्धि सोचदी है, ते उह जो बुद्ध सोचदी उह साड़ी चित विच फीड हो जांदा। साडे मन दे ख्याल चंगे होण, साडी बुद्ध वधिया हो जाए, ते साडे चित विच चंगीआं गल्लां फीड होण, तां साडा जिहड़ा समाज दा सुधार हो सके। गुरु नानक साहिब महाराज जी ने एक इस गल ते जोर दित्ता, एक किरत दसां नौआं दी साफ सुरत होवे। गुरु नानक साहिब महाराज जी उस बंदे कोल नहीं जांदे जिहड़ा ब्रह्म भोज करदा, गुरु नानक साहिब महाराज जी उस बंदे कोल जांदे आ जिहड़ा बंदा दसां नौआं दी किरत करदा है। तो हैरान हो जांदा है भी खत्री कुल विच पैदा हो के एक महान दरवेश मेरे घर आए आ, तो वह सेवा करदा है। तो गुरु नानक साहब महाराज जी कहते भी तुम गरीब के घर चरण पाए, मैनू तो लोग शूद्र कहते हैं। गुरु नानक साहब महाराज जी कहते भी असी किरत करने वाले बंदे नूं शूद्र का नाम दे दिता है। किरत करने वाला बंदा शूद्र नहीं हुंदा जिथे दसनाओं की किरत हुंदी है। इस करके असी नीवियां नूं उच्चे करने वास्ते आए, नीचे उच्च करे मेरा गोबिंद काहू ते ना डरे। कहते वाकई ये नीवे उच्चे हो जाएंगे। कहते तो हुणे प्रशादा तैयार कर, ते वह प्रशादा तैयार करके गुरु नानक साहब महाराज जी ने भाई लालू जी ने कट्ठिया खादा इको चौंके दे विच। ते उत्थे फिर गुरु नानक साहब महाराज जी ने वचन किया, नीचा अंदर नीच जात, नीची हूँ अत नीच, नानक तिनके संग साथ वड्डिया सिउ क्या रीस, जिथे नीच संभाली तिथे नदर तेरी बख्शीस। किरत करने वाले बंदे की रिस्पैक्ट करो जिन्नी हो सकती है, पर असी इस विरसे नूं भुल के एक पिंड दे विच जातां दे नां ते इह गुरद्वारा मजहबी सिंघां दा, इह गुरद्वारा जट्टां दा, इह गुरद्वारा रामगढ़िया सिंघां दा, एक गुरु घर होवे, ते गुरु घर एक धर्मशाल होवे जिहदे विच किसे नूं 2 टाइम प्रशादा मिले, जिस विच किसे गरीब की मदद होवे, सारे एक दूजे की हैल्प करन। इह गुरु नानक साहब महाराज जी की सिख्या सी। दूसरी, गुरु नानक साहब महाराज जी ने जिन्ना इस्त्री का सत्कार किया, इहदे तों पहला इन्हां इस्त्री का सत्कार नहीं सी हुंदा। अज भी जैन धर्म दे मैं किसे नूं माड़ा नहीं कहिंदा, अज भी कई मंदरां दे विच इस्त्रियां जाके उत्थे मत्था नहीं टेकदे, उह समझदे वी जे मत्था टेक जाणगीआं ते मंदर भ्रिष्ट हो जाएगा। मस्जिद विच जाके एक औरत अपने पति नाल नमाज नहीं पढ़ सकती, उहदा समाजिक पत्तर इन्ना नीवा है। पर गुरु नानक साहब महाराज जी ने आखिया, सो क्यों मंदा आखीऐ जित जम्मै रजान। खुद गुरु नानक साहब महाराज जी ने गृहस्थ मार्ग धारण किया, बड़े सिंपल तरीके दे नाल उन्हां अपना आनंद कार्ज किया। जे असी यही उन्हां दा तरीका अपना लीए, सादा विआह ते सादे भोग, ना कोई करजा ते ना कोई रोग, ते क्योंकि एक बड़े वधिया समाज सुधारक सन, बड़े प्यार दे नाल उन्हां गृहस्थ मार्ग नूं चलाया, सतगुरां ने उन्हां नूं 2 पुत्रां दी दात भी बख्शी। ते हथ जोड़ के इस करके बेनती है, जो उन्हां दी सिख्यावां एक समाजिक पद्धर तौर दे उत्ते एक सादा असी जीवन बतीत करिए। बाबे नानक ने खुद आख्या, सादा खाओ, सादे कपड़े पहनो, ते सादी जिंदगी बतीत करो, क्योंकि गुरु नानक साहब महाराज जी का मिशन यही है, नानक नाम चढ़दी कला तेरे भाणे सरबत दा भला।